ਅੱਜ 31 ਅਕਤੂਬਰ ਹੈ ਤੇ ਅਸੀਂ ਅੱਜ 31 ਅਕਤੂਬਰ 2022 ਦੀ ਗੱਲ ਨਹੀਂ ਕਰਾਂਗੇ ਬਲਕਿ 1984 ਵਾਲੇ 31 ਅਕਤੂਬਰ ਦੀ ਗੱਲ ਕਰਾਂਗੇ। ਉਹ 31 ਅਕਤੂਬਰ ਜਿਹੜੀ ਨਾ ਤਾਂ ਕਦੇ ਸਿੱਖ ਕੌਮ ਨੂੰ ਭੁੱਲ ਸਕਦੀ ਹੈ ਅਤੇ ਨਾ ਹੀ ਕਾਂਗਰਸ ਪਾਰਟੀ ਨੂੰ, ਖਾਸ ਕਰਕੇ ਗਾਂਧੀ ਪਰਿਵਾਰ ਨੂੰ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖਾਸ ਰਿਪੋਰਟ ਦੇ ਨਾਲ ਮੈਂ ਹਰਸ਼ਰਨ ਕੌਰ। 31 ਅਕਤੂਬਰ ਵਾਲੇ ਦਿਨ ਹਰ ਸਾਲ ਸਰਕਾਰਾਂ ਨੇ ਤੇ ਕਾਂਗਰਸ ਪਾਰਟੀ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮਨਾਈ ਹੈ, ਜਦਕਿ ਸਿੱਖ ਕੌਮ ਨੇ ਹਰ ਸਾਲ ਵਾਂਗੂ ਇਸ ਵਾਰ ਵੀ ਸਿੱਖ ਕੌਮ ਦੇ ਅਣਮੁੱਲੇ ਹੀਰੇ ਦੱਸ ਕੇ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਹਿਰ ਸਿੰਘ ਨੂੰ ਯਾਦ ਕੀਤਾ ਹੈ। ਉਹਨਾਂ ਦਾ ਸ਼ਹੀਦੀ ਦਿਵਸ ਕਹਿ ਕੇ ਮਨਾਇਆ ਗਿਆ ਹੈ। ਪਰਿਵਾਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਨਮਾਨਿਤ ਵੀ ਕੀਤਾ ਗਿਆ। ਬੇਅੰਤ ਸਿੰਘ ਅਤੇ ਸਤਵੰਤ ਸਿੰਘ ਉਹੀ ਹਨ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ, ਸੈਂਕੜੇ ਸੰਗਤਾਂ ਨੂੰ ਗੁਰਪੁਰਬ ਮੌਕੇ ਟੈਂਕਾਂ, ਤੋਪਾਂ ਤੇ ਗੋਲੀਆਂ ਦੇ ਨਾਲ ਮਾਰਨ ਦੇ ਰੋਸ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹੀ ਮਾਰ ਦਿੱਤਾ ਸੀ ਤੇ ਇਹ ਦੋਵੇਂ ਪ੍ਰਧਾਨ ਮੰਤਰੀ ਉਸ ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਦੇ ਅੰਗ ਰੱਖਿਅਕ ਸਨ, ਯਾਨੀ ਕਿ ਬਾਡੀ ਗਾਰਡ ਸਨ ਜਿਹੜੇ ਹਰ ਵੇਲੇ ਨਾਲ ਰਹਿੰਦੇ ਹੁੰਦੇ ਨੇ। ਸਿੱਖ ਕੌਮ ਨੇ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ। ਬੇਅੰਤ ਸਿੰਘ ਨੂੰ ਭਾਵੇਂ ਉਸੇ ਦਿਨ 31 ਅਕਤੂਬਰ 1984 ਨੂੰ ਗ੍ਰਿਫਤਾਰੀ ਦੇ ਮੌਕੇ ਹੀ ਮਾਰ ਦਿੱਤਾ ਗਿਆ ਸੀ, ਪਰ ਸਤਵੰਤ ਸਿੰਘ ਅਤੇ ਭਾਈ ਕਹਿਰ ਸਿੰਘ ਨੂੰ 6 ਜਨਵਰੀ 1999 ਯਾਨੀ ਕਿ ਪੂਰੇ 5 ਸਾਲਾਂ ਬਾਅਦ ਫਾਂਸੀ ਦੇ ਤਖਤੇ ਉੱਤੇ ਲਟਕਾਇਆ ਗਿਆ ਸੀ। ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਇੰਦਰਾ ਗਾਂਧੀ ਦਾ ਕਤਲ ਕਿਵੇਂ ਹੋਇਆ ਸੀ। ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ 1984 ਦੇ ਵੇਲੇ ਜੋ ਪ੍ਰਧਾਨ ਮੰਤਰੀ ਸਨ ਉਹਨਾਂ ਨੂੰ ਕਿਵੇਂ ਉਹਨਾਂ ਦੇ ਹੀ ਬਾਡੀਗਾਰਡਾਂ ਨੇ ਮਾਰ ਦਿੱਤਾ ਸੀ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ, ਇਹ ਸੱਚੀ ਕਹਾਣੀ ਪਤਾ ਹੋਵੇਗੀ, ਪਰ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ 1984 ਦੇ ਵਿੱਚ 30 ਅਕਤੂਬਰ ਦਾ ਦਿਨ ਸੀ ਜਦੋਂ ਉੜੀਸਾ ਦੇ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਪਸ ਮੁੜੇ ਸਨ। 30 ਤੋਂ ਬਾਅਦ ਅਗਲੇ ਦਿਨ 31 ਅਕਤੂਬਰ ਨੂੰ ਇੱਕ ਡਾਕੂਮੈਂਟਰੀ ਬਣਾਉਣ ਦੇ ਲਈ ਪੀਟਰ ਉਸਤੀਨੋਵ ਆਏ ਹੋਏ ਸਨ, ਇੱਕ ਵਿਦੇਸ਼ੀ ਪੱਤਰਕਾਰ ਸਨ। 31 ਅਕਤੂਬਰ ਨੂੰ ਇਹਨਾਂ ਦਾ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦਾ ਸਮਾਂ ਤੈਅ ਸੀ। ਸਵੇਰੇ 9 ਵਜੇ ਇੰਟਰਵਿਊ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਜਦੋਂ ਇੰਦਰਾ ਗਾਂਧੀ ਆਪਣੇ ਜਿਹੜੇ ਆਸ਼ਿਆਨੇ ਦੇ ਵਿੱਚੋਂ ਬਾਹਰ ਨਿਕਲੇ ਤਾਂ ਸਬ ਇੰਸਪੈਕਟਰ ਬੇਅੰਤ ਸਿੰਘ ਅਤੇ ਸੰਤਰੀ ਬੂਥ ਤੇ ਕਾਂਸਟੇਬਲ ਸਤਵੰਤ ਸਿੰਘ ਸਟੇਨ ਗਨ ਲੈ ਕੇ ਖੜੇ ਸਨ, ਯਾਨੀ ਕਿ ਉਸ ਪਰਿਸਰ ਦੇ ਵਿੱਚ ਦੋਵੇਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਖੜੇ ਹੋਏ ਸਨ। ਪ੍ਰਧਾਨ ਮੰਤਰੀ ਨੂੰ ਦੋਵੇਂ ਸੁਰੱਖਿਆ ਗਾਰਡਾਂ ਨੇ ਸਲੂਟ ਵੀ ਮਾਰਿਆ ਸੀ, ਪਰ ਅਚਾਨਕ ਹੀ ਬੇਅੰਤ ਸਿੰਘ ਨੇ 38 ਬੋਰ ਦੀ ਸਰਕਾਰੀ ਰਿਵਾਲਵਰ ਕੱਢੀ ਅਤੇ ਇੰਦਰਾ ਗਾਂਧੀ ਤੇ ਫਾਇਰ ਕਰ ਦਿੱਤਾ। ਪਹਿਲੀ ਗੋਲੀ ਇੰਦਰਾ ਗਾਂਧੀ ਦੇ ਢਿੱਡ ਵਿੱਚ ਵੱਜੀ ਸੀ। ਇੰਦਰਾ ਗਾਂਧੀ ਨੇ ਆਪਣਾ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਸੀ, ਪਰ ਉਸੇ ਵੇਲੇ ਉਹਨਾਂ ਦੇ ਦੂਸਰੇ ਸੁਰੱਖਿਆ ਕਰਮੀ ਬੇਅੰਤ ਸਿੰਘ ਨੇ ਬਿਲਕੁਲ ਪੁਆਇੰਟ ਬਲੈਂਕ ਰੇਂਜ ਤੋਂ 2 ਫਾਇਰ ਕੀਤੇ। ਇਹ ਗੋਲੀਆਂ ਪ੍ਰਧਾਨ ਮੰਤਰੀ ਦੇ ਸੀਨੇ ਅਤੇ ਕਮਰ ਦੇ ਵਿੱਚ ਲੱਗੀਆਂ। ਉਤੋਂ ਹੀ 5 ਫੁੱਟ ਦੀ ਦੂਰੀ ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜੇ ਸਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਡਿੱਗਦਿਆਂ ਦੇਖ ਕੇ ਉਹ ਆਪਣੀ ਥਾਂ ਤੋਂ ਹਿੱਲੇ ਤੱਕ ਨਹੀਂ। ਬੇਅੰਤ ਸਿੰਘ ਨੇ ਜ਼ੋਰਦਾਰ ਆਵਾਜ਼ ਦੇ ਵਿੱਚ ਕਿਹਾ, ਗੋਲੀ ਚਲਾਓ, ਗੋਲੀ ਚਲਾਓ। ਸਤਵੰਤ ਸਿੰਘ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ਤੇ ਧੜਾਧੜ ਦਾਗ ਦਿੱਤੀਆਂ। ਬੇਅੰਤ ਸਿੰਘ ਦਾ ਪਹਿਲਾ ਫਾਇਰ ਹੋਏ ਨੂੰ 25 ਸਕਿੰਟ ਬੀਤ ਚੁੱਕੇ ਸਨ ਤੇ ਹੋਰ ਮੁਲਾਜ਼ਮਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ। ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਆਪਣੇ ਹਥਿਆਰ ਸੁੱਟ ਦਿੱਤੇ। ਬੇਅੰਤ ਸਿੰਘ ਨੇ ਕਿਹਾ ਕਿ ਅਸੀਂ ਜੋ ਕਰਨਾ ਸੀ ਕਰ ਦਿੱਤਾ, ਹੁਣ ਤੁਸੀਂ ਜੋ ਕਰਨਾ ਹੈ ਕਰ ਸਕਦੇ ਹੋ। ਉਸੇ ਵਕਤ ਉਸੇ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਨਿਵਾਸ ਤੇ ਸਿਪਾਹੀ ਨਰੈਣ ਸਿੰਘ ਨੇ ਬੇਅੰਤ ਸਿੰਘ ਨੂੰ ਜ਼ਮੀਨ ਤੇ ਸੁੱਟ ਲਿਆ। ਨੇੜੇ ਗਾਰਡ ਰੂਮ ਤੋਂ ITBP ਦੇ ਜਵਾਨ ਦੌੜਦੇ ਹੋਏ ਆਏ। ਉਹਨਾਂ ਨੇ ਸਤਵੰਤ ਸਿੰਘ ਨੂੰ ਵੀ ਆਪਣੇ ਘੇਰੇ ਵਿੱਚ ਲੈ ਲਿਆ ਤੇ ਇਹਨਾਂ ਦੋਨਾਂ ਨੇ ਉੱਥੋਂ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਆਪਣੇ ਆਪ ਨੂੰ ਇਹਨਾਂ ਦੇ ਹਵਾਲੇ ਕਰ ਦਿੱਤਾ। ਉੱਥੇ ਹਰ ਵਕਤ ਪ੍ਰਧਾਨ ਮੰਤਰੀ ਨਿਵਾਸ ਤੇ ਉਂਝ ਤਾਂ ਐਂਬੂਲੈਂਸ ਖੜੀ ਰਹਿੰਦੀ ਸੀ, ਪਰ ਉਸ ਦਿਨ ਉੱਥੇ ਐਂਬੂਲੈਂਸ ਨਹੀਂ ਸੀ ਤੇ ਫਿਰ ਇੰਦਰਾ ਗਾਂਧੀ ਨੂੰ ਪ੍ਰਾਈਵੇਟ ਗੱਡੀ ਰਾਹੀਂ ਹਸਪਤਾਲ ਲਿਜਾਇਆ ਗਿਆ ਤੇ ਉਸ ਵਕਤ ਉਹਨਾਂ ਦੇ ਨਾਲ ਸੋਨੀਆ ਗਾਂਧੀ ਵੀ ਮੌਜੂਦ ਸਨ ਜੋ ਕਿ ਉਹਨਾਂ ਦੀ ਨੂੰਹ ਨੇ। ਕਾਰ 9:32 ਤੇ AIIMS ਪਹੁੰਚੀ, ਪਰ ਸਮੇਂ ਦੀ ਚਾਲ ਦੇਖੋ ਕਿ ਹਸਪਤਾਲ ਦੇ ਵਿੱਚ ਮੂਰੇ ਸਟ੍ਰੈਚਰ ਹੀ ਮੌਜੂਦ ਨਹੀਂ ਸੀ, ਪਰ ਫਿਰ ਵੀ ਇੰਦਰਾ ਗਾਂਧੀ ਨੂੰ ਆਪਰੇਸ਼ਨ ਵਾਲੇ ਰੂਮ ਦੇ ਵਿੱਚ ਲਿਜਾਇਆ ਗਿਆ। ਇੰਦਰਾ ਗਾਂਧੀ ਦੇ ਟੈਸਟ ਵਿੱਚ ਆਇਆ ਕਿ ਉਹਨਾਂ ਦੇ ਦਿਲ ਦੇ ਵਿੱਚ ਮਾਮੂਲੀ ਜੀ ਹਰਕਤ ਦਿਖਾਈ ਦੇ ਰਹੀ ਸੀ, ਪਰ ਨਾੜੀ ਦੇ ਵਿੱਚ ਕੋਈ ਧੜਕਣ ਨਹੀਂ ਮਿਲ ਰਹੀ ਸੀ, ਪਰ ਫਿਰ ਵੀ ਡਾਕਟਰਾਂ ਨੂੰ ਲੱਗਦਾ ਸੀ ਕਿ ਉਹ ਬਚਾ ਲੈਣਗੇ। ਪੂਰੀ ਆਸ ਹੁੰਦੀ ਹੈ, ਪਰਿਵਾਰ ਨੂੰ ਵੀ ਹੁੰਦੀ ਹੈ, ਡਾਕਟਰਾਂ ਨੂੰ ਵੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਮਰੀਜ਼ ਨੂੰ ਬਚਾ ਲਵਾਂਗੇ। ਡਾਕਟਰਾਂ ਨੇ ਇੰਦਰਾ ਗਾਂਧੀ ਦੇ ਮੂੰਹ ਜ਼ਰੀਏ ਉਹਨਾਂ ਦੀ ਸਾਹ ਦੀ ਨਲੀ ਦੇ ਵਿੱਚ ਇੱਕ ਟਿਊਬ ਵਾੜੀ ਤਾਂ ਜੋ ਫੇਫੜਿਆਂ ਦੇ ਵਿੱਚ ਫੇਫੜਿਆਂ तक ਆਕਸੀਜਨ ਪਹੁੰਚ सके, ਦਿਮਾਗ ਨੂੰ ਜਿਉਂਦਾ ਰੱਖਿਆ ਜਾ सके। 80 ਬੋਤਲਾਂ ਖੂਨ ਦੀਆਂ ਚੜਾਈਆਂ ਗਈਆਂ जो ਉਹਨਾਂ ਦੇ ਸਰੀਰ ਤੋਂ 5 ਗੁਣਾ ਖੂਨ ਸੀ। ਡਾਕਟਰਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਦੇ ਸਰੀਰ ਨੂੰ ਹਾਰਟ ਐਂਡ ਲੰਗ ਮਸ਼ੀਨ ਦੇ ਨਾਲ ਜੋੜਿਆ जो ਉਹਨਾਂ ਦੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਨ ਲੱਗੀ, ਜਿਸ ਕਾਰਨ ਇੰਦਰਾ ਗਾਂਧੀ ਦੇ ਖੂਨ ਦਾ ਤਾਪਮਾਨ 37 ਡਿਗਰੀ ਦੇ ਆਮ ਤਾਪਮਾਨ ਤੋਂ ਘਟ ਕੇ 31 ਹੋ ਗਿਆ ਸੀ। ਸਾਫ਼ ਸੀ ਕਿ ਇੰਦਰਾ ਗਾਂਧੀ इस दुनिया ते नहीं रही, पर फिर भी उन्होंने एम्स की 8वीं मंजिल के ऑपरेशन थिएटर दे विच ले जाया गया। डॉक्टरां ने देखा कि गोलियां ने इंदिरा गांधी के लीवर के सज्जे हिस्से नूं पूरी तरह नाल छलनी कर दिता सी। अंतड़ी दे विच घट्टो घट्ट 12 सुराख हो गए सन। एक गोली फेफड़े दे विच भी लगी सी। रीढ़ की हड्डी भी गोलियां करके पूरी तरह नाल टुट चुकी सी। सिर्फ तो सिर्फ सलामत सी तां इंदिरा गांधी का दिल। अपने सुरक्षा गार्डां दे वल्लों गोली मारे जाण दे तकरीबन 4 घंटियां बाद 2:23 ते इंदिरा गांधी नूं आखिरकार मृतक ऐलानिया गया। हालांकि बहुत सारे जड़े उस वेले दे पत्रकार ने जां फिर लोग ने वो ये कहंदे ने कि इंदिरा गांधी दी मौत तां उस वक्त ही हो चुकी सी, पर फिर भी एक आस दे तहत 4 घंटे दा जिहड़ा समा लंघाया गया ते फिर 2:23 ते डॉक्टरां ने मृतक ऐलानिया ते उस तो भी 3.5 पौने 4 घंटियां बाद सरकारी एजेंसियां ने शाम नूं 6 बजे इंदिरा गांधी दी मौत दा ऐलान किया। इस जानकारी नूं इन्ने समय तक जनतक करन दे लई इस करके टालिया गया तां जो देश दे विच माहौल खराब ना हो जावे, क्योंकि तत्काली प्रधानमंत्री दा किसी भी मुल्क दे प्रधानमंत्री दा इस तरीके दे नाल कतल होना कोई छोटी गल नहीं हुंदी। इंदिरा गांधी दी जीवनी लिखण वाले इंदर मल्होत्रा ने दस्सिया सी कि खुफिया एजेंसियां नूं खदशा सी कि इंदिरा गांधी ते इस तरीके नाल हमला हो सकदा है। उन्होंने सिफारिश कीती सी कि सारे सिख मुलाजमां नूं इंदिरा दे निवास स्थान तो हटा लिया जाए, पर इंदिरा गांधी ने इनकार कर दिता सी। यानी कि पहला ही एजेंसियां नूं भिणक कितना किते पै गई सी कि हमला होने वाला है। सो शाम नूं 6 बजे जदों इंदिरा गांधी दे असैसीनेशन नूं जनतक किया गया, इस खबर नूं जनतक किया गया तां हौली हौली पूरे देश दे विच खबर फैलण लगी ते लोक भी हौली हौली एम्स इकट्ठे होने शुरू हो गए सन। ते इह खबर है जिहड़ी ओह दित्ती गई सरकारी तौर ते मीडिया दे वल्लों कि इंदिरा गांधी नूं 2 सिखां ने गोली मारी है। हालांकि खबर देन देन दे विच फर्क हुंदा है। आम तौर ते जिहड़ा एक पत्रकार हुंदा है जिसने सही तरीके दे नाल पत्रकारी करनी हुंदी है, माहौल भड़काउण तो बचाउणा हुंदा, वो कदे भी जिहड़े हमलावर हुंदे ने जां दोषी हुंदे ने उन्हां दे धर्म दी जानकारी नहीं दिंदा, वो भी इन्ने वड्डे केस विच। पर उदों खास तौर ते जानकारी दित्ती गई कि इंदिरा गांधी दे 2 सिख सुरक्षा कर्मचारियां ने उन्हां नूं मारिया है। जाहिर तौर ते माहौल खराब होना ही होना सी। राष्ट्रपति ग्यानी जैल सिंह खुद एक सिख सन, उन्हां दी कार ते भी पथरा होया। शाम नूं वापस हस्पताल तो वापस आउंदे समय लोकां ने कुछ इलाकिਆਂ ਦੇ ਵਿੱਚ ਭੰਨ ਤੋੜ ਉਸੇ ਵੇਲੇ ਹੀ ਸ਼ੁਰੂ ਕਰ ਦਿੱਤੀ ਸੀ ਤੇ ਹੌਲੀ ਹੌਲੀ ਦਿੱਲੀ ਦੀ ਇਹ ਅੱਗ ਸੀ ਜਿਹੜੀ ਉਹ ਸਿੱਖ ਕਤਲੇਆਮ ਦੀ ਅੱਗ ਦੇ ਵਿੱਚ ਝੁਲਸ ਗਈ ਸੀ। ਰਾਤ ਹੋਣ ਤੱਕ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਸਿੱਖਾਂ ਵਿਰੁੱਧ ਕਤਲੇਆਮ ਭੜਕ ਉੱਠਿਆ ਸੀ ਤੇ ਇਹ ਕਤਲੇਆਮ ਕੱਲਾ ਦਿੱਲੀ ਦੇ ਵਿੱਚ ਨਹੀਂ ਹੋਇਆ ਸੀ, ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ। ਯਾਨੀ ਕਿ 2 ਜਿਹੜੇ ਸੁਰੱਖਿਆ ਕਰਮੀ ਸਨ सतवंत सिंह अते बेअंत सिंह, उन्हां दे कीते दी सज़ा हज़ारां सिखां नूं दित्ती गई ते अगे उन्हां हज़ारां सिखां दे जरिए लखां सिख ने जिहड़े उन्हां दे अगे परिवारां दे परिवार हाले तक उस संताप नूं भोग रहे ने। खैर उत्थे फेर लै चलदे आ। जदों तड़के इंदिरा गांधी नूं गोलियां मारियां गईयां सन तां कतल तो बाद उत्थे ही बेअंत सिंह ते सतवंत सिंह नूं जिहड़ा हैगा होर सुरੱਖਿਆ ਕਰਮੀਆਂ ਨੇ दबोच लिया सी। ਦੋਵਾਂ ਨੂੰ ਇੱਕ ਕਮਰੇ ਦੇ ਅੰਦਰ ਲਿਜਾ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। बेअंत सिंह दी तां मौके ते ही मौत हो गई सी, जबकि सतवंत सिंह नूं डॉक्टरां ने काफ़ी जदोजहद तो बाद बचा लिया सी। एक गोली कहंदे उन्हां दी रीढ़ दी हड्डी विच अखीर तक रही, उदों तक जदों तक उन्हां दे साह नहीं निकल गए। पूरे 5 साल तक रीढ़ दी हड्डी दे विच गोली उसे तरह रखी गई। कहा जांदा है कि उन्हूं जाणबुझ के कड्ढिया नहीं गया तां जो गोली दी पीड़ लगातार बनी रहे ते बाद विच लंबा मुकदमा चलाया गया। तत्काली प्रधानमंत्री दे कतल तो बाद तत्काली कांग्रेस सरकार ने इस घटना नूं डूंगी साजिश करार दिता। अमरीकन खुफिया एजेंसी CIA नूं इंदिरा गांधी दे कतल दे लई जिम्मेदार ठहराया गया। भाई बेअंत सिंह होरां दे बजुर्ग रिश्तेदार केहर सिंह अते दिल्ली पुलिस दे इंस्पैक्टर बलबीर सिंह नूं भी साजिश दे विच शामिल किया गया। दिल्ली हाईकोर्ट ने इन्हां सारिआं नूं मौत दी सज़ा सुनाई। केहर सिंह ते दोष लाया इह बजुर्ग सन, बेअंत सिंह होरां दे रिश्तेदार सन। बेअंत सिंह जिन्हां नूं उसे दिन ही 31 अक्तूबर दे दिन ही गोलियां मार के जिहड़ा हैगा मार दिता गया सी। ਤੇ ਫਿਰ ਉਹਨਾਂ ਦੇ ਰਿਸ਼ਤੇਦਾਰ ਕੇਰ ਸਿੰਘ ਤੇ ਦੋਸ਼ ਲਾਇਆ ਗਿਆ ਕਿ ਉਹਨਾਂ ਬਿਆਨ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਿੱਤੀ ਜਿਸ ਕਰਕੇ ਉਹ ਖਾੜਕੂ ਬਣ ਗਏ। ਸੁਪਰੀਮ ਕੋਰਟ ਨੇ ਇੰਸਪੈਕਟਰ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਸੀ ਪਰ ਉਹਨਾਂ ਨੂੰ ਮੁੜ ਨੌਕਰੀ ਤੇ ਬਹਾਲ ਨਹੀਂ ਕੀਤਾ ਗਿਆ, ਨਾ ਹੀ ਬਣਦੀ ਪਿਛਲੀ ਤਨਖਾਹ ਦਿੱਤੀ ਗਈ। ਦੁਨੀਆ ਦੇ ਕੁਝ ਵੱਡੇ ਕਾਨੂੰਨਦਾਨਾਂ ਦੀ ਰਾਏ ਸੀ ਕਿ ਬੇਅੰਤ ਸਿੰਘ ਦੇ ਰਿਸ਼ਤੇਦਾਰ ਕੇਰ ਸਿੰਘ ਦੀ ਫਾਂਸੀ ਦੀ ਸਜ਼ਾ ਨਜਾਇਜ਼ ਸੀ। ਉਹਨਾਂ ਨੂੰ ਫਾਂਸੀ ਦੀ ਸਜ਼ਾ ਇਸ ਕਰਕੇ ਸਿਰਫ ਇਸ ਦੋਸ਼ ਕਰਕੇ ਕਿ ਉਹਨਾਂ ਨੇ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੇ ਲਈ ਪ੍ਰੇਰਿਤ ਕੀਤਾ ਸੀ ਕਿ ਇਸ ਦੇ ਲਈ ਫਾਂਸੀ ਦੀ ਸਜ਼ਾ ਦੇਣੀ ਜਾਇਜ਼ ਹੈ। ਸਵਾਲ ਉੱਠੇ ਸਨ। ਉਹਨਾਂ ਦਾ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਕੋਈ ਹੱਥ ਸਾਬਿਤ ਨਹੀਂ ਹੋਇਆ ਸੀ, ਫਿਰ ਵੀ ਕੇਰ ਸਿੰਘ ਨੇ ਹੱਸ ਕੇ ਫਾਂਸੀ ਦੀ ਸਜ਼ਾ ਕਬੂਲ ਕੀਤੀ। ਸਤਵੰਤ ਸਿੰਘ ਤੇ ਕੇਰ ਸਿੰਘ ਨੂੰ 6 ਜਨਵਰੀ 1999 ਦੀ ਸਵੇਰ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਤੇ ਉਹਨਾਂ ਨੇ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਕੁਝ ਇਤਿਹਾਸਕਾਰ ਮੰਨਦੇ ਨੇ ਕਿ ਇੰਦਰਾ ਗਾਂਧੀ ਦਾ ਕਤਲ ਅਮਰੀਕੀ ਏਜੰਸੀ ਦੇ ਕਹੇ ਤੇ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਗਈ ਇੱਕ ਚਿੱਠੀ ਦੇ ਵਿੱਚ ਸਿੱਖ ਇਤਿਹਾਸਕਾਰ ਡਾਕਟਰ ਸੰਗਤ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਅਮਰੀਕਾ ਦੀ ਏਜੰਸੀ CIA ਨੇ ਕਰਵਾਇਆ ਸੀ ਕਿਉਂਕਿ ਅਮਰੀਕਾ ਦੇ ਤਤਕਾਲੀ राष्ट्रपति रोनाल्ड रीगन नूं इंदिरा गांधी दा जिउंदे रहना मंजूर नहीं सी। उन्हां मुताबिक शायद पाकिस्तान दे तत्काली राष्ट्रपति भी इस कार्रवाई दे विच शामिल सन। पर दूसरे पासे सिख मामलियां दे माहिर ते सीनियर पत्रकार जगतार सिंह ने जेहड़ी किताब लिखी है रिवर्स ऑन फायर, ओहदे विच उन्हां ने होर तत्थ दस्से हन। उन्हां मुताबिक केर सिंह ते बेअंत सिंह दिल्ली दे गुरुद्वारा बंगला साहिब गए सन जिथे वैरागमई कीर्तन सुन के भावुक हो गए सन ते दोनां ने एक दूसरे नूं किहा सी कि भावुक होण दी थां सानूं कुछ करना चाहीदा है। इत्थों ही इंदिरा गांधी दे कतल दी योजना दी शुरुआत होई अते ओह जिहड़े अथरू सन ओह जुड़े होए सन उस तो पहलां जो कतलेआम होया सी गुरु की नगरी अमृतसर दे विच जो हमला होया सी सचखंड ते दरबार साहिब अते श्री हरमंदर साहिब दे उत्ते। सो ये सारी 31 अक्तूबर 1984 दी कहानी सी जिहड़ी असीं तुहानूं संखेप रूप दे विच सुणाई है ते 1984 तो बाद जो कुछ भी होया सी दिल्ली दे विच सिखां दा कतलेआम होया सी उस दी पीड़ उस दे ਜ਼ਖਮ ਨੇ ਜਿਹੜੇ ਉਹ ਸਿੱਖ ਭਾਈ ਚਾਰਾ अपने पिंडियां दे उत्ते अज भी हंडा रहा है क्योंकि उस कतलेआम दा हाले तक इंसाफ नहीं मिलिया। हालांकि तत्काली प्रधानमंत्री दे कतल दा इंसाफ उस वक्त ही कर दिता गया सी। बेअंत सिंह नूं गोलियां मार के खत्म कर दिता गया सी ते उस तो 5 साल बाद 2 होर जणियां नूं फांसी दी सज़ा सुना दिती गई सी ते एक वड्डा जिहड़ा बदले दे रूप च जो उस वेले सिखां दे नाल होया सी ओ सारा कुछ प्रधानमंत्री दे कतल दा बदला ही कहा गया क्योंकि उस वेले राजीव गांधी जिहड़े कि प्रधानमंत्री इंदिरा गांधी दे पुत्तर सन उन्हां ने बयान दित्ता सी कि जदों कोई एक वड्डा रुख डिगदा है तां धरती हिलदी है। कई कांग्रेसी लीडर उस कतलेआम दे विच शामिल सन, कईयां नूं सजावां मिल चुक्कीआं ने, कई दोषी साबित होए ने पर हर किसी पीड़ित परिवार नूं इंसाफ नहीं मिलिया। खास रिपोर्ट देखने वाले सारे दर्शकां दा धन्नवाद।